सत श्री अकाल, मैं हाँ विशाल अंग्रिश। तुसी देख रहे हो न्यूज 24 पंजाब हरियाणा हिमाचल। इस समय साडे नाल किसान जथेबंदी दे तौर ते सारिआं नालों वड्डा नाम जेकर सामने आउंदा तां उह है जोगिंदर ओगराहां। तां साडे नाल जोगिंदर ओगराहां मौजूद ने। ओगराहां साहब, न्यूज 24 पंजाब हरियाणा उत्ते तुहाडा स्वागत है। धन्यवाद जी, धन्यवाद। ਉਗਰਾਹਾਂ ਸਾਹਿਬ, ਅੱਜ ਜਿਹੜੀ ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ, ਤੁਹਾਨੂੰ ਵੀ ਪਤਾ, ਤੁਸੀਂ ਇਸ ਸਮੇਂ ਬਾਰਡਰ ਉੱਤੇ ਬੈਠੇ ਹੋ ਅਤੇ ਇੱਥੇ ਚੰਡੀਗੜ੍ਹ ਦੇ ਵਿੱਚ ਜਿਹੜੀਆਂ 32 ਕਿਸਾਨ ਯੂਨੀਅਨਾਂ ਨੇ ਉਹਨਾਂ ਨੇ ਅੱਜ ਸੁਣਵਾਈ ਕੀਤੀ ਹੈ। ਇੱਕ ਕਿਸਮ ਦਾ ਕਹਿ ਲਿਆ ਜਾਵੇ ਕਿ ਕਚਹਿਰੀ ਲਗਾਈ ਗਈ ਅਤੇ ਰਾਜਸੀ ਪਾਰਟੀਆਂ ਦੀ ਸੁਣਵਾਈ ਕੀਤੀ ਗਈ ਕਿ ਕਿਸ ਤਰ੍ਹਾਂ ਦੀ ਬਣਤਰ ਹੈ ਜਾਂ ਜਿਹੜੀ ਰਣਨੀਤੀ ਹੈ ਉਹ ਬਣਾਈ ਜਾਣੀ ਚਾਹੀਦੀ ਸੀ। ਦੇਖੋ, ਇਹ ਤਾਂ ਉਹੀ ਜਵਾਬ ਦੇ ਸਕਦੇ ਆ, ਇਹ ਤਾਂ ਜਵਾਬ ਉਹਨਾਂ ਤੋਂ ਪੁੱਛਣਾ ਚਾਹੀਦਾ ਜਿਨ੍ਹਾਂ ਨੇ ਇਹ ਮੀਟਿੰਗ ਸੱਦੀ ਹੈ। ਅਸੀਂ ਤਾਂ ਉਹ ਮੀਟਿੰਗ 'ਚ ਗਏ ਨਹੀਂ। ਆਪਣੀ ਸੰਯੁਕਤ ਮੋਰਚੇ ਦਾ ਕੋਈ ਤੈਅ ਹੋਇਆ ਹੁੰਦਾ, ਚਲੋ ਉਹਨਾਂ ਨੇ ਕਿਵੇਂ, ਉਹਨਾਂ ਨੂੰ ਪਹਿਲਾਂ ਉਹਨਾਂ ਨੇ ਸੱਦਾ ਦਿੱਤਾ ਹੈ, ਕਿੱਧਰੋਂ ਸੱਦਾ ਇਹ ਆਇਆ, ਕਿਵੇਂ ਇਹ ਗੱਲ ਬਣੀ ਹੈ, ਕਿਵੇਂ ਮੀਟਿੰਗ ਤੈਅ ਹੋਈ ਹੈ, ਇੱਧਰ ਤਾਂ ਸਾਂਝੀ ਨਹੀਂ ਹੋਈ। ਕਿਉਂਕਿ 32 ਜਥੇਬੰਦੀਆਂ ਦਾ ਇਹ ਫੈਸਲਾ ਹੋਊਗਾ, ਉਹਨਾਂ ਨੂੰ ਅਥਾਰਟੀ ਆ, ਉਹ ਕਰ ਹੀ ਸਕਦੇ ਆ ਇਸ ਤਰ੍ਹਾਂ ਦੀ ਕੋਈ ਮੀਟਿੰਗ। ਉਹ ਕਿਹੜੇ ਬਿਓ ਨਾਲ ਕੀਤੀ ਹੈ, ਕਿਹੜੇ ਨਜ਼ਰੀਏ ਨਾਲ ਕੀਤੀ ਹੈ, ਆਪਣਾ ਨਹੀਂ ਮੈਨੂੰ ਜਾਣਕਾਰੀ। ਪਰ ਅੱਜ ਜਿਹੜਾ ਸੀਗਾ ਫੈਸਲਾ ਸੁਣਾ ਦਿੱਤਾ ਗਿਆ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਪੰਜਾਬ ਦੇ ਵਿੱਚ ਜਿਹੜੀਆਂ ਵੱਡੀਆਂ ਰੈਲੀਆਂ ਨਹੀਂ ਕਰਨਗੀਆਂ, ਤੇ ਜਦਕਿ ਹੁਣ ਤੱਕ ਜਿਹੜਾ ਇਤਿਹਾਸ ਹੈ ਉਹ ਦੁਹਰਾਉਂਦਾ ਵੀ ਆਇਆ ਹੈ, ਤੇ ਸਾਹਮਣੇ ਵੀ ਜੇਕਰ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ 2017 ਦੀ, ਤਾਂ ਉਹਦੇ ਵਿੱਚ ਸਵਾ ਸਾਲ ਜਾਂ ਡੇਢ ਸਾਲ ਪਹਿਲਾਂ ਹੀ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਸੀ। ਤੇ ਇਸ ਵਾਰ ਜਿਹੜੀ ਹੁਕਮ ਸੁਣਾਇਆ ਗਿਆ ਹੈ, ਹੁਕਮ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਦ ਇਲੈਕਸ਼ਨ ਕਮਿਸ਼ਨ ਅਨਾਊਂਸ ਕਰ ਦੇਊਗਾ ਚੋਣ ਪ੍ਰਚਾਰ, ਉਦੋਂ ਤੁਸੀਂ ਸ਼ੁਰੂ ਕਰਨਾ, ਉਹ ਤੋਂ ਪਹਿਲਾਂ ਨਹੀਂ। ਤੁਹਾਡਾ ਕੀ ਮੰਨਣਾ, ਕਿਉਂਕਿ ਤੁਸੀਂ ਇੱਕ ਬਹੁਤ ਵੱਡੀ ਧਿਰੋਂ ਮਾਲਵੇ ਦੇ ਵਿੱਚ, ਤੁਹਾਡਾ ਕਾਫੀ ਵੱਡਾ ਆਧਾਰ ਵੀ ਹੈ। ਦੇਖੋ, ਸਾਡੀ ਤਾਂ ਜਥੇਬੰਦੀ ਨੇ ਪ੍ਰਚਾਰ ਦੇ ਤੌਰ ਤੇ ਪਹਿਲਾਂ ਹੀ ਉਹਨਾਂ ਨੂੰ ਕਿਹਾ ਹੋਇਆ ਵੀ ਭਾਈ ਇਹ ਚੋਣ ਰੈਲੀਆਂ ਤੁਸੀਂ ਮਤਲਬ ਸੀਮਿਤ ਕਰ ਲਓ। ਇਹ ਗੱਲਾਂ ਤਾਂ ਵੈਸੇ ਜਨਤਕ ਤੌਰ ਤੇ ਅਸੀਂ ਪ੍ਰੈਸ ਦੇ ਵਿੱਚ ਮੀਡੀਆ ਰਾਹੀਂ ਇਹ ਸੁਨੇਹੇ ਪਹੁੰਚਾਉਂਦੇ ਰਹੇ ਹਾਂ, ਤੇ ਇਹਦੇ ਵਿੱਚ ਹੁਕਮ ਸੁਣਾਉਣ ਵਾਲੀ ਤਾਂ ਕੋਈ ਗੱਲ ਹੈ ਨਹੀਂ ਵੀ ਹੁਕਮ ਇਹ ਵੀ ਤੁਸੀਂ ਇਹ ਕਰੋ ਇਹ ਕਰੋ, ਤੇ ਨਾ ਹੀ ਅਸੀਂ ਆਪਣੇ ਆਪ ਨੂੰ, ਤਾਂ ਮੈਂ ਤਾਂ ਇਹ ਸਮਝਦਾ ਵੀ ਅਸੀਂ ਤਾਂ ਜਥੇਬੰਦਕ ਤੌਰ ਤੇ ਆਪਣੇ ਆਪ ਨੂੰ ਅਜੇ ਇਸ ਯੋਗ ਨਹੀਂ ਸਮਝਦੇ ਕਿ ਅਸੀਂ ਕਿਸੇ ਪਾਰਟੀ ਨੂੰ, ਕਿਸੇ ਧਿਰ ਨੂੰ, ਜਿਹਨਾਂ ਨੂੰ ਮਤਲਬ ਉਹਨਾਂ ਦੇ ਰਾਜਨੀਤਿਕ ਤੌਰ ਤੇ ਉਹਨਾਂ ਦੀਆਂ ਧਿਰਾਂ ਨੇ, ਉਹਨਾਂ ਨੂੰ ਅਸੀਂ ਹੁਕਮ ਸੁਣਾਉਣ ਵਾਲੇ ਹੋਈਏ, ਬੇਨਤੀ ਕਰ ਸਕਦੇ ਹਾਂ ਅਸੀਂ ਵੀ ਤੁਸੀਂ ਨਾ ਕਰੋ ਇਸ ਤਰ੍ਹਾਂ। ਜੇ ਕਰੋਗੇ ਤਾਂ ਇਹ ਵਿਰੋਧ ਲੋਕਾਂ ਦੇ ਵਿੱਚ ਜਿਹੋ ਜਿਹਾ ਰੋਸ ਹੈ, ਜਿਹਾ ਜਿਹਾ ਮੋਰਚਾ ਦਿੱਲੀ ਦਾ ਚੱਲ ਰਿਹਾ, ਇਸ ਮੋਰਚੇ ਤੇ ਅਸਰ ਪੈਂਦਾ ਇਹ, ਉਹਨਾਂ ਨੂੰ ਬਿਜਲੀ ਕੀਤੀ ਜਾ ਸਕਦੀ ਹੈ, ਸਲਾਹ ਦਿੱਤੀ ਜਾ ਸਕਦੀ ਹੈ। ਹੁਕਮ ਰਾਜੇਵਾਲ ਸਾਹਿਬ, ਸੋਰੀ ਉਗਰਾਹਾਂ ਸਾਹਿਬ, ਤੁਹਾਨੂੰ ਕੀ ਲੱਗ ਰਿਹਾ ਹੈਗਾ ਕਿ ਜਿਸ ਤਰ੍ਹਾਂ ਦਾ ਅੱਜ ਦਾ ਸੀ, ਇਹ ਨਹੀਂ ਲੱਗਦਾ ਹੈਗਾ ਕਿ ਸਾਰੀਆਂ ਜਿਹੜੀਆਂ ਰਾਜਸੀ ਧਿਰਾਂ ਨੂੰ ਲੈ ਕੇ ਹੀ ਲੜਾਈ ਸ਼ੁਰੂ ਕੀਤੀ ਜਾਂਦੀ ਜਾਂ ਹੁਣ ਵੀ ਸ਼ੁਰੂ ਕੀਤੀ ਜਾ ਸਕਦੀ ਹੈਗੀ? ਦੇਖੋ, ਰਾਜਸੀ ਧਿਰਾਂ ਨਾਲ ਸਾਂਝੀ ਲੜਾਈ ਤਾਂ ਨਹੀਂ ਇਹ ਬਣ ਸਕਦੀ। ਰਾਜਸੀ ਧਿਰਾਂ ਇਸ ਲੜਾਈ ਦੇ ਵਿੱਚ ਨਾ ਆਉਣ, ਉਹਨਾਂ ਨੂੰ ਵਰਜਿਤ ਵੀ ਨਹੀਂ ਆ। ਰਾਜਸੀ ਧਿਰਾਂ ਇਕੱਠੀਆਂ ਹੋ ਕੇ ਇਸ ਕਾਨੂੰਨਾਂ ਦੇ ਵਿਰੋਧ ਚ ਕਿਸੇ ਤਰ੍ਹਾਂ ਦਾ ਐਕਸ਼ਨ ਕਰਨ, ਉਹਨਾਂ ਨੂੰ ਕੋਈ ਇਸ ਗੱਲ ਤੇ ਕੋਈ ਉਹਨਾਂ ਨੂੰ ਰੋਕਦਾ ਵੀ ਨਹੀਂ। ਪਰ ਰਾਜਸੀ ਧਿਰਾਂ ਨਾਲ ਕੋਈ ਮੰਚ ਸਾਂਝਾ ਹੋ ਜੇ, ਇਹ ਪਾਬੰਦੀ ਆ, ਇਹ ਜਥੇਬੰਦ ਕਾਇਦੇ ਕਾਨੂੰਨਾਂ ਮੁਤਾਬਕ ਨਹੀਂ ਹੋ ਸਕਦਾ। ਇਹਦਾ ਅਸੀਂ ਪਹਿਲਾਂ ਤੋਂ ਗਰੇਜ਼ ਕੀਤਾ, ਹੁਣ ਵੀ ਅਸੀਂ ਗਰੇਜ਼ ਕਰਾਂ। ਪਰ ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਜਿਹੜਾ ਹੈਗਾ ਉਹਦੇ ਵਿੱਚ ਹਰਿਆਣਾ ਦੀ ਵੀ ਜਥੇਬੰਦੀਆਂ ਹੈਗੀਆਂ ਨੇ, ਇਸੇ ਤਰ੍ਹਾਂ ਯੂਪੀ ਦੀ ਵੀ ਹੈਗੀਆਂ ਨੇ, ਰਕੇਸ਼ ਟਕੈਤ ਹੋਣੀ ਵੀ ਹੈਗੇ ਨੇ, ਜੇਕਰ ਗੱਲ ਕੀਤੀ ਜਾਵੇ ਤਾਂ ਹਰਿਆਣਾ ਤੇ ਯੂਪੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਲਗਾਈ ਗਈ ਹੈਗੀ ਰਾਜਸੀ ਪਾਰਟੀਆਂ ਦੇ, ਚਾਹੇ ਉਹ ਅਖਿਲੇਸ਼ ਯਾਦਵ ਹੋਣ, ਮਾਇਆਵਤੀ ਹੋਵੇ ਜਾਂ ਜੋਗੀ ਜੀ ਹੋਣ, ਉਹਨਾਂ ਦੀਆਂ ਰੈਲੀਆਂ ਤੇ ਉੱਥੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਹੈਗੀ। ਹਰਿਆਣਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ, ਪੰਜਾਬ ਦੇ ਵਿੱਚ ਕੀ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਤਾਂ ਨਹੀਂ ਅੰਦੋਲਨ ਸੀਮਿਤ ਹੋ ਕੇ ਰਹਿ ਜਾਊਗਾ? ਨਹੀਂ, ਇਹ ਪੰਜਾਬ ਦਾ ਅੰਦੋਲਨ ਤਾਂ ਨਹੀਂ ਹੈ, ਮੈਨੂੰ ਨਹੀਂ ਲੱਗਦਾ ਵੀ ਜਿਹੜੀਆਂ ਬਾਰਡਰਾਂ ਤੇ ਅਸੀਂ ਬੈਠੇ ਹਾਂ। ਦੇਖੋ, ਜਥੇਬੰਦੀਆਂ ਦੀਆਂ ਅੱਡ ਅੱਡ ਕਿਸਮਾਂ ਨੇ, ਜਿਹੜੀਆਂ ਜਥੇਬੰਦੀਆਂ ਅੱਡ ਅੱਡ ਕਿਸਮਾਂ ਨੇ ਉਹ ਰਾਜਨੀਤਿਕ ਪਾਰਟੀਆਂ ਨਾਲ ਸਾਂਝੀਆਂ ਸਰਗਰਮੀਆਂ ਵੀ ਕਰਦੀਆਂ ਹੋਣਗੀਆਂ ਜਥੇਬੰਦੀਆਂ ਦਾ, ਉਹ ਜਥੇਬੰਦੀਆਂ ਆਪਦੀਆਂ ਸਟੇਟਾਂ ਦੇ ਵਿੱਚ ਕੀ ਕਰ ਰਹੀਆਂ ਨੇ ਉਹ ਉਨੀ ਕੀ ਕੋਈ ਹੋ ਸਕਦੀ ਹੈ। ਪਰ ਜਿਹੜੇ ਮੋਰਚੇ ਲੱਗੇ ਹੋਏ ਨੇ ਦਿੱਲੀ ਦੇ ਵਿੱਚ, ਇੱਥੇ ਨਹੀਂ ਸਾਨੂੰ ਮੈਨੂੰ ਲੱਗਦਾ ਵੀ ਕੋਈ ਐਂ ਲੱਗਿਆ ਹੋਵੇ ਵੀ ਕੋਈ ਆਪਦਾ ਮਨ ਚ ਰਾਜਨੀਤਿਕ ਨੇਤਾ ਨਾਲ ਸਾਂਝਾ ਕਰਦਾ। ਜਿਸ ਤਰ੍ਹਾਂ ਦਾ ਵਿਰੋਧ ਪੰਜਾਬ ਦੇ ਵਿੱਚ ਦਿਖਾਈ ਦੇ ਰਿਹਾ, ਉਹ ਤੋਂ ਐਂ ਲੱਗ ਰਿਹਾ ਕਿ ਪੰਜਾਬ ਦੀ ਉਹ ਮੂਵਮੈਂਟ ਬਣ ਕੇ ਰਹਿ ਗਈ ਹੈ, ਦੇਸ਼ ਦੀ ਮੂਵਮੈਂਟ ਤਾਂ ਦਿਖਾਈ ਨਹੀਂ ਦੇ ਰਹੀ ਹੈਗੀ।
ਦੇਖੋ ਦੇਸ਼ ਦੀ ਮੂਵਮੈਂਟ ਜੇ ਹੁਣ ਤਾਂ ਐਨਕਾਂ ਤਾਂ ਲਾਓ ਨਾ ਤੁਸੀਂ ਉਹ ਦੇਸ਼ ਦੀ ਮੂਵਮੈਂਟ ਨੂੰ ਦੇਖਣ ਦੀ, ਹੁਣ ਮੁਜ਼ੱਫਰਨਗਰ ਦੀ ਜਿਹੜੀ ਰੈਲੀ ਹੋਈ ਐਡੀ ਵੱਡੀ ਰੈਲੀ, ਤੇ ਉਹਨੂੰ ਤੁਸੀਂ ਕੀ ਕਹੋਗੇ ਵੀ ਉਹ ਪੰਜਾਬ ਦੀ ਮੂਵਮੈਂਟ ਸੀ ਜਿਹੜੀ ਹੁਣ ਤੁਹਾਡਾ ਕੀ ਕਰਨਾਲ ਮੰਨਣਾ ਦੇ ਹੈਗਾ ਵਿੱਚ ਕਿ ਹੋਇਆ, ਹਿਸਾਰ ਦੇ ਵਿੱਚ ਹੋਇਆ, ਕਰਨਾਲ ਦੇ ਵਿੱਚ ਹੋਇਆ, ਟੋਹਾਣੇ ਦੇ ਵਿੱਚ ਹੋਇਆ, ਟੋਲ ਪਲਾਜ਼ੇ ਫ੍ਰੀ ਕੀਤੇ ਆ, ਇਹਨੂੰ ਐਂ ਤਾਂ ਨਹੀਂ ਕਹਿ ਸਕਦੇ ਵੀ ਤੁਸੀਂ ਇਕੱਲੇ ਪੰਜਾਬ ਦੀ ਮੂਵਮੈਂਟ ਹੈ। ਤੇ ਜਿਸ ਤਰ੍ਹਾਂ ਦੀਆਂ ਹੁਣ ਪੋਲੀਟੀਕਲ ਸਰਗਰਮੀਆਂ ਸ਼ੁਰੂ ਹੋ ਗਈਆਂ ਨੇ ਪੰਜਾਬ ਦੇ ਵਿੱਚ, ਤਾਂ ਲੱਗ ਰਿਹਾ ਹੈਗਾ ਕਿ ਜਗ੍ਹਾ ਜਗ੍ਹਾ ਲੀਡਰਾਂ ਦਾ ਉਸੇ ਤਰ੍ਹਾਂ ਵਿਰੋਧ ਵੀ ਹੋਊਗਾ, ਕਿਉਂਕਿ ਅੱਜ ਕਹਿ ਦਿੱਤਾ ਗਿਆ ਹੈ ਕਿ ਕਿਸੇ ਵੀ ਪੋਲੀਟੀਕਲ ਧਿਰ ਨੂੰ ਕੋਈ ਵੀ ਰੈਲੀ ਕਰਨ ਦੀ ਆਗਿਆ ਨਹੀਂ ਹੋਊਗੀ ਤੇ ਉਹ ਰੈਲੀਆਂ ਨਾ ਹੀ ਕਰਨ ਤਾਂ ਬਿਹਤਰ ਹੈ। ਦੇਖੋ ਇਹ ਉਹਨਾਂ ਦਾ ਆਪਦਾ ਪੈਂਤਲਾ ਹੋ ਸਕਦਾ, ਇਸ ਪੈਂਤਲੇ ਨਾਲ ਇਹ ਉਹਨਾਂ ਨੇ ਕਿਵੇਂ ਸੋਚ ਕੇ ਕਿਹਾ, ਇਹ ਤਾਂ ਜਵਾਬ ਉਹੀ ਦੇ ਸਕਦੇ, ਇਹਦੇ ਬਾਰੇ ਰਾਜ ਅਸੀਂ ਸਾਹਿਬ, ਕੁਛ ਨਹੀਂ ਕਹਿਣਾ। ਤੁਸੀਂ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਸਕਦਾ ਹੈਗਾ, ਕੀ ਮੰਨਣਾ ਹੈਗਾ ਕਿ ਜਿਸ ਕਰ ਇਸੇ ਤਰ੍ਹਾਂ ਦੇ ਲੜਾਈ ਝਗੜੇ ਚੱਲਦੇ ਰਹੇ ਤਾਂ ਪੰਜਾਬ ਕਿੱਧਰ ਨੂੰ ਜਾਊਗਾ, ਕਿਉਂਕਿ ਤੁਹਾਡਾ ਕਾਫੀ ਵੱਡਾ ਤਜਰਬਾ ਵੀ ਹੈ। ਮੈਨੂੰ ਲੱਗਦਾ ਵੀ ਮੈਂ ਅੱਜ ਤੱਕ ਕਦੇ ਵੀ ਰਾਸ਼ਟਰਪਤੀ ਰਾਜ ਦਾ ਨਾਂ ਹੀ ਨਹੀਂ ਲਿਆ, ਉਹ ਕੋਈ ਆਈਡੀ ਫੇਕ ਆਈਡੀ ਕਿਸੇ ਨੇ ਪਾਤੀ ਹੋਣੀ ਆ, ਮੈਂ ਇਸ ਤਰ੍ਹਾਂ ਦੀਆਂ ਗੱਲਾਂ ਕਦੇ ਨਹੀਂ ਕਰਦਾ ਹੁੰਦਾ ਜਿਹਦਾ ਕੋਈ ਬੇਸ ਨਾ ਹੋਵੇ, ਆਧਾਰ ਵਾਲੀਆਂ ਇਹ ਗੱਲਾਂ ਕਰਨੀਆਂ ਚਾਹੀਦੀਆਂ ਸੋਸ਼ਲ ਨੇ। ਮੈਂ ਮੀਡੀਆ ਤੇ ਇਹ ਗੱਲ ਫੈਲਾਈਆਂ ਗਈਆਂ ਜ਼ਰੂਰ, ਨੇ ਇਹ ਉਹ ਸੋਸ਼ਲ ਮੀਡੀਆ ਦੇ ਝੂਠੀ ਆ ਉਹ ਗੱਲ, ਉਹ ਫੇਕ ਆਈਡੀ ਆ, ਮੇਰਾ ਨਹੀਂ ਹੈ ਉਹ, ਮੈਂ ਕਦੇ ਨਹੀਂ ਇਸ ਤਰ੍ਹਾਂ ਦਾ ਕਿਹਾ, ਮੈਂ ਰਾਸ਼ਟਰਪਤੀ ਰਾਜ ਦਾ ਕਦੇ ਅੱਜ ਤੱਕ ਜ਼ਿਕਰ ਹੀ ਨਹੀਂ ਕੀਤਾ, ਪਰ ਮੈਂ ਇਹ ਜ਼ਰੂਰ ਕਿਹਾ ਕਿ ਬੀਜੇਪੀ ਦਾ ਵਿਰੋਧ ਕਰੋ ਤੇ ਦੂਜੀਆਂ ਪਾਰਟੀਆਂ ਨੂੰ ਉਸ ਦਾਇਰੇ 'ਚ ਨਾ ਰੱਖੋ, ਉਹਨਾਂ ਦੇ ਵਿਰੋਧ ਨੂੰ ਬੀਜੇਪੀ ਦੇ ਖਿਲਾਫ਼ ਵਰਤੋ, ਇਹ ਵੱਡੇ ਪੰਗੇ ਨੇ, ਉਹ ਪੰਗਿਆਂ 'ਚ ਨਾ ਪਾਓ, ਉਹ ਉਹਨਾਂ ਨੂੰ ਇਸ ਦਾਇਰੇ ਘੇਰੇ ਤੋਂ ਬਾਹਰ ਰੱਖੋ, ਇਹ ਜ਼ਰੂਰ ਕਿਹਾ। ਪਰ ਜਿਹੜੀ ਭਾਈਚਾਰਕ ਸਾਂਝ ਬਣਾਈ ਰੱਖਣ ਵਾਸਤੇ ਜਥੇਬੰਦੀਆਂ ਵੱਲੋਂ ਕੀ ਉਪਰਾਲਾ ਕੀਤਾ ਜਾਊਗਾ? ਭਾਈਚਾਰਕ ਸਾਂਝ ਵਾਸਤੇ ਤਾਂ ਅਸੀਂ ਕਹਿੰਦੇ, ਭਾਈਚਾਰਕ ਸਾਂਝ ਨੂੰ ਤਾਂ ਅਸੀਂ ਕਹਿੰਦੇ ਹਾਂ ਬਣਾ ਕੇ ਰੱਖੋ, ਜਿਹੜੀ ਸਮਾਜਿਕ ਸਾਂਝ ਆ ਉਹ ਇਹਦੇ ਵਿੱਚ ਸਮਾਜਿਕ ਸਾਂਝ ਪੱਕੀ ਰਹਿਣੀ ਹੈ, ਹੁਣ ਜੇ ਅਸੀਂ ਕਿਉਂਕਿ ਬੀਜੇਪੀ ਤਾਂ ਸਾਡੇ ਕੋਲ ਪੰਜਾਬ ਦੇ ਵਿੱਚ ਵਪਾਰੀ ਵੀ ਹੈ, ਕਿਸਾਨ ਵੀ ਹੈ, ਮਜ਼ਦੂਰ ਵੀ ਹੈ, ਇਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਲੋਕ ਵੀ ਹੈਗੇ ਨੇ। ਇਹ ਦੱਸੋ ਵੀ ਤੁਸੀਂ ਇਹ ਗੱਲਾਂ ਨਾਲ ਕੋਈ ਭਾਈਚਾਰਕ ਸਾਂਝ ਤੇ ਕੀ ਫਰਕ ਪੈ ਸਕਦਾ? ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਇਹੋ ਜਿਹਾ ਫਰਕ ਪੈਂਦਾ, ਇਲੈਕਸ਼ਨ ਲੜਨ ਦੀ ਅਗਲਾ ਨੂੰ ਖੁੱਲ੍ਹਾ ਇਲੈਕਸ਼ਨ ਕਿਉਂਕਿ ਲੜਨ ਰਾਜਸੀ ਪਾਰਟੀਆਂ ਲਗਾਤਾਰ ਹੀ ਇਹਦਾ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਰਾਜਸੀ ਪਾਰਟੀਆਂ ਵੱਲੋਂ। ਰਾਜਸੀ ਪਾਰਟੀਆਂ ਦੇ ਤਾਂ ਪ੍ਰਚਾਰ, ਰਾਜਸੀ ਪਾਰਟੀਆਂ ਕੀ ਇਹ ਪ੍ਰਚਾਰ ਕਰਨ ਨੇ, ਬੀਬੀ ਇਹ ਕਿਸਾਨ ਜਥੇਬੰਦੀਆਂ ਨੇ ਕੋਈ ਭਾਈਚਾਰਕ ਸਾਂਝ ਤੇ ਖੋਰਾ ਪਾਤਾ, ਇਹੋ ਜਿਹਾ ਪ੍ਰਚਾਰ ਤਾਂ ਕਿਤੇ ਸੁਣਨ ਨੂੰ ਨਹੀਂ ਮਿਲਿਆ। ਅਸੀਂ ਤਾਂ ਰਾਜਸੀ ਪਾਰਟੀਆਂ ਨੂੰ ਇਹ ਕਹਿੰਦੇ ਹਾਂ ਵੀ ਤੁਸੀਂ ਭਾਈ ਇਹ ਮੋਰਚੇ ਨੂੰ ਧਿਆਨ 'ਚ ਰੱਖ ਕੇ ਥੋੜ੍ਹਾ ਜਿਹਾ ਖਿਆਲ ਰੱਖ ਕੇ ਚੱਲੋ। ਦੂਜੀ ਗੱਲ ਇਹ ਹੈ ਵੀ ਅਸੀਂ ਜਿਹੜੀ ਬੀਜੇਪੀ ਹੈ ਉਹਨੇ ਸਾਨੂੰ ਦਿੱਲੀ ਜਾਣ ਤੋਂ ਰੋਕਿਆ, ਅਸੀਂ ਉਹਨੂੰ ਪਿੰਡਾਂ 'ਚੋਂ ਤੋਂ ਰੋਕਤਾ ਸੀ, ਉਹਨਾਂ ਨੂੰ ਸਰਕਾਰ, ਉਹਨਾਂ ਦੀ ਸਰਕਾਰ ਆ ਸਾਡੀ 9 ਮਹੀਨੇ ਹੋ ਗਏ, ਸਾਡੇ 9 ਮਹੀਨੇ ਗੱਲ ਨਹੀਂ ਸੁਣਦੇ, ਇਸ ਕਰਕੇ ਉਹਨਾਂ ਨਾਲ ਰੋਸ ਵਜੋਂ ਪੰਜਾਬ ਦੇ ਵਿੱਚ ਅਸੀਂ ਉਹਨਾਂ ਨੂੰ ਘੇਰਾਂਗੇ, ਉਹਨਾਂ ਦੇ ਘਰੋਂ ਵੀ ਕਰਾਂਗੇ, ਪ੍ਰੋਟੈਸਟ ਕਰਾਂਗੇ, ਅਸੀਂ ਜ਼ੋਰਦਾਰ ਪ੍ਰੋਟੈਸਟ ਕਰਾਂਗੇ। ਦੂਜਿਆਂ ਨੂੰ ਇਸ ਬੀਜੇਪੀ ਵਾਲੇ ਕਹਿ ਰਹੇ ਨੇ ਕਿ ਇਹ ਤਾਲਿਬਾਨੀ ਹੁਕਮ ਸੁਣਾ ਦਿੱਤੇ ਗਏ ਨੇ, ਕਿਹੜੇ ਹੁਕਮਾਂ ਨੂੰ, ਕਿਹੜੇ ਵੀ ਹੁਕਮਾਂ ਜਿਹੜੇ ਅੱਜ ਨੂੰ ਸੁਣਾਏ ਕਿਹਾ? ਗਏ ਨੇ ਵੀ ਅੱਜ ਜਿਹੜੇ ਸੁਣਾਏ ਗਏ ਨੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਕੀਤੀ ਜਾਣ ਦਊਗੀ ਜਾਂ ਕਿਸੇ ਨੂੰ ਵੀ ਪਿੰਡਾਂ ਦੇ ਅੰਦਰ ਨਹੀਂ ਵੜਨ ਦਿੱਤਾ ਜਾਊਗਾ। ਦੇਖੋ ਭਾਜੀ ਸਾਡੀ ਅਸੀਂ ਮਤਲਬ ਇਹ ਹੈ ਵੀ ਉਹ 32 ਜਥੇਬੰਦੀਆਂ ਦਾ ਫੈਸਲਾ ਹੋ ਸਕਦਾ ਹੈ, ਉਹ ਪੰਜਾਬ ਦੀਆਂ ਜਥੇਬੰਦੀਆਂ ਦਾ ਫੈਸਲਾ, ਉਹਨਾਂ ਨੂੰ ਅਧਿਕਾਰ ਹੈ, ਉਹ ਕਹਿ ਸਕਦੇ ਆ ਇਹਨੂੰ ਤੁਸੀਂ ਹੁਕਮ ਕਹੋ। ਅਸੀਂ ਕਦੇ ਹੁਕਮ ਕਿਸੇ ਪਾਰਟੀ ਨੂੰ ਨਹੀਂ ਸੁਣਾਇਆ, ਹੁਣ ਤੱਕ ਨਾ ਅਸੀਂ ਹੁਕਮ ਦੇ ਯੋਗ ਹੈਗੇ ਹਾਂ, ਜੇ ਅਸੀਂ ਕੋਈ ਕਿਸੇ ਨੂੰ ਅਪੀਲ ਕਰ ਸਕਦੇ ਹਾਂ ਵੀ ਭਾਈਚਾਰਕ ਸਾਂਝ ਆਪਣੀ ਨਾ ਵਿਗੜੇ, ਪਿੰਡਾਂ ਦਾ ਮਾਹੌਲ ਨਾ ਵਿਗੜੇ, ਇਸ ਕਰਕੇ ਤੁਸੀਂ ਜਿੰਨਾ ਬਚਾਅ ਹੋ ਸਕਦਾ ਉਹਨਾਂ ਬਚਾਅ ਨਾਲ ਚੱਲੋ। ਅਸੀਂ ਤਾਂ ਇਹ ਕਹਿ ਰਹੇ ਹਾਂ ਵੀ ਇਹਨਾਂ ਦਾ ਅਸੀਂ ਵਿਰੋਧ ਨੂੰ, ਜਿਹੜਾ ਅਕਾਲੀ ਨੇ ਤੇ ਕਾਂਗਰਸੀ ਨੇ, ਜਿਹੜਾ ਬੀਜੇਪੀ ਵਿਰੋਧੀ ਪਾਰਟੀਆਂ ਨੇ, ਉਹਨਾਂ ਦੇ ਵਿਰੋਧ ਦਾ ਫਾਇਦਾ ਲੈ ਕੇ ਬੀਜੇਪੀ ਨੂੰ ਨਿਸ਼ਾਨੇ ਤੇ ਰੱਖੀਏ, ਸਾਡਾ ਤਾਂ ਇਹ ਪੋਜੀਸ਼ਨ ਹੈ, ਇਹੀ ਅਸੀਂ ਪ੍ਰਚਾਰ ਕਰ। ਜੋਗਿੰਦਰ ਸਿੰਘ ਉਗਰਾਹਾਂ ਦੀ ਨਿੱਜੀ ਰਾਏ ਕੀ ਮੰਨੀ ਜਾ ਸਕਦੀ ਹੈ? ਨਿੱਜੀ ਮੇਰੀ ਕੋਈ ਰਾਏ ਨਹੀਂ ਹੁੰਦੀ, ਜੇਕਰ ਤੁਸੀਂ ਆਪਣੇ ਵਰਕਰਾਂ ਨੂੰ ਆਦੇਸ਼ ਦੇਣਾ ਹੋਵੇ ਤਾਂ ਕੀ ਆਦੇਸ਼ ਦੇਂਗੇ? ਆਦੇਸ਼ ਅਸੀਂ ਕਦੇ ਨਹੀਂ ਕਰਦੇ ਹੁੰਦੇ, ਸਾਡੇ ਫੈਸਲੇ ਹੁੰਦੇ ਆ, ਫੈਸਲੇ ਅਸੀਂ ਸੁਣਾਉਂਦੇ ਹਾਂ, ਉਹ ਅਸੀਂ ਫੈਸਲੇ ਸਰਬ ਸੰਮਤੀ ਨਾਲ ਪਾਸ ਕਰਦੇ ਹਾਂ, ਉਹ ਫੈਸਲੇ ਹੀ ਹੇਠਾਂ ਤੱਕ ਜਾਂਦੇ ਨੇ, ਉਤਲੀ ਕਮੇਟੀ ਹੇਠਲੀ ਕਮੇਟੀ ਨੂੰ, ਹੇਠਲੀ ਕਮੇਟੀ ਉਦੋਂ ਹੇਠਲੀ ਕਮੇਟੀ ਨੂੰ, ਸਾਰਿਆਂ ਨੂੰ ਅਸੀਂ ਐਂ ਫੈਸਲੇ ਸੁਣਾਉਂਦੇ। ਗੁਰਨਾਮ ਸਿੰਘ ਚੂੜਨੀ ਹਰਿਆਣਾ ਦੇ ਬਹੁਤ ਵੱਡੇ ਕਿਸਾਨ ਲੀਡਰ ਨੇ, ਉਹ ਕਹਿ ਰਹੇ ਨੇ ਕਿ ਮੈਂ ਅਸੀਂ ਜਿਹੜੇ ਹੈਗਾ ਇਲੈਕਸ਼ਨ ਵੀ ਲੜਾਂਗੇ, ਤੁਹਾਡਾ ਕੀ ਇਹਦੇ ਬਾਰੇ ਵਿਚਾਰ ਹੈ? ਉਹ ਯਾਦ ਨੇ ਲੜ ਸਕਦੇ ਨੇ, ਇਹ ਕੀ ਹੈ, ਅਸੀਂ ਤਾਂ ਕਿਸੇ ਨੂੰ ਇਲੈਕਸ਼ਨ ਦਾ ਕੋਈ ਵੀ ਲੜ ਸਕਦਾ, ਭਾਵੇਂ ਰਾਜਿਆ ਲੜ ਲਵੇ, ਭਾਵੇਂ ਕੋਈ ਹੋਰ ਲੜ ਲਵੇ, ਸਾਨੂੰ ਕੀ ਤਰ੍ਹਾਂ?
ये दसो कि जिस तरह का पंजाब के मुख्यमंत्री ने भी ऐलान कर दिता कि असी जड़ियां पॉलिटिकल एक्टिविटीज हैगियां ने वो शुरू भी करांगे, ते वो जल्दी ही समझा जा रहा है कि 13 तरीक नूं बटाला दे विच जा रहे ने, ते जड़ियां कांग्रेस दियां जां राज सरकार दियां एक्टिविटीज हैगियां ने उहनां नूं तुसीं किस तरह देखदे हैगे हो? ਦੇਖੋ ਉਹਨਾਂ ਨੇ ਹੁਣ ਤਾਂ ਉਹਨਾਂ ਨੂੰ ਸਵਾਲ ਪੁੱਛੋ ਤੁਸੀਂ, ਉਹਨਾਂ ਦੀ ਮਰਜ਼ੀ ਹੈ ਉਹਨਾਂ ਨੇ ਕੀ ਕਹਿਤਾ। ਅਸੀਂ ਉਹਨਾਂ ਦੇ ਬਿਆਨ ਨੂੰ ਕੋਈ ਰੋਕ ਤਾਂ ਸਕਦੇ ਨਹੀਂ, ਉਹਨਾਂ ਨੂੰ ਜੋ ਠੀਕ ਲੱਗਿਆ ਉਹਨਾਂ ਨੇ ਬਿਆਨ ਦਿੱਤਾ। ਉਹ ਐਕਟੀਵਿਟੀਆਂ ਕੀ ਕਰਦੇ ਨੇ ਉਹ ਤਾਂ ਦੇਖਿਆ ਜਾਊਗਾ ਫੀਲਡ ਦੇ ਵਿੱਚ ਕੀ ਹੁੰਦਾ, ਬਿਆਨ ਹੀ ਅਜੇ ਤੱਕ ਨਾ। ਨਹੀਂ, ਜੇਕਰ ਮੁੱਖ ਮੰਤਰੀ ਜਾਂਦੇ ਨੇ 13 ਤਰੀਕ ਨੂੰ ਬਟਾਲੇ ਜਾਂਦੇ ਨੇ ਜਾਂ ਪੰਜਾਬ ਦੇ ਹੋਰ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਜਾਂਦੇ ਹੈਗੇ ਨੇ, ਆਪਣੀਆਂ ਕਾਂਗਰਸ ਐਕਟੀਵਿਟੀਜ਼ ਕਰਦੀ ਹੈਗੀ ਆ, ਉਹਨੂੰ ਕਿਸ ਨਜ਼ਰੀਏ ਨਾਲ ਤੁਸੀਂ ਦੇਖੋਗੇ? ਮੈਂ ਪਹਿਲਾਂ ਤੁਹਾਨੂੰ ਬਿਆਨ ਦੇ ਚੁੱਕਿਆ, ਮੈਂ ਦੱਸਿਆ ਵੀ ਸਾਡੀ ਕੋਈ ਪਾਲਿਸੀ ਨਹੀਂ ਹੈ ਇਹਨਾਂ ਦਾ ਵਿਰੋਧ ਕਰਨ ਦੀ, ਸਾਡੀ ਬੀਜੇਪੀ ਦਾ ਵਿਰੋਧ ਕਰਨ ਦਾ ਪਾਲਿਸੀ ਹੈਗੀ ਆ। ਅਸੀਂ ਇਹਨਾਂ ਨੂੰ ਉਸ ਕਿਸਮ ਦੇ ਘਰੋ ਜਾਂ ਇਹਨਾਂ ਨੂੰ ਰੋਕਣਾ ਜਾਂ ਇਹਨਾਂ ਦਾ ਵਿਰੋਧ ਕਰਨਾ, ਇਸ ਕਿਸਮ ਦੀ ਸਾਡੀ ਪਾਲਿਸੀ ਨਹੀਂ ਹੈ। ਅਸੀਂ ਤੇ ਇਹਨਾਂ ਦੇ ਵਿਰੋਧ ਨੂੰ ਬੀਜੇਪੀ ਦੇ ਖਿਲਾਫ ਵਰਤਾਂਗੇ। ਬੀਜੇਪੀ ਪੋਲੀਟੀਕਲ ਪਾਰਟੀਆਂ ਦਾ ਤੁਹਾਡੇ ਜਿਹੜੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਹੈਗੀ ਆ, ਉਹਦੇ ਵੱਲੋਂ ਕਿਸੇ ਵੀ ਕਿਸਮ ਦਾ ਕੋਈ ਵਿਰੋਧ ਨਹੀਂ ਕੀਤਾ ਜਾਊਗਾ? ਨਹੀਂ, ਵਿਰੋਧ ਕਿਉਂ ਨਹੀਂ ਕੀਤਾ ਜਾਊਗਾ? ਵਿਰੋਧ ਦੇ ਕੋਈ ਤਰੀਕੇ ਆ, ਉਹ ਤਰੀਕਾ ਕੱਢਾਂਗੇ। ਅਸੀਂ ਬਣਾ ਰਹੇ ਹਾਂ ਆਪਣੀ ਰਾਏ ਵੀ ਕਿਵੇਂ ਵਿਰੋਧ ਕਰੀਏ, ਕਿਵੇਂ ਦੱਸੀਏ ਇਹਨਾਂ ਨੂੰ ਵੀ ਸਾਡੇ ਭਾਈਆ ਸਵਾਲ ਨੇ, ਉਹਨਾਂ ਦੇ ਸਵਾਲ ਨੇ, ਲਿਖਤੀ ਪੁੱਛੇ ਜਾ ਸਕਦੇ ਨੇ। ਉਹ ਤਰੀਕਾ ਅਪਣਾਉਣ ਦੀ ਅਸੀਂ ਕਰ ਰਹੇ ਹਾਂ ਕੋਸ਼ਿਸ਼, ਬਣਾ ਰਹੇ ਹਾਂ ਕੋਈ ਉਹਨਾਂ ਦਾ। ਜਾਂ ਤੁਸੀਂ ਵੀ ਜਿਸ ਤਰ੍ਹਾਂ ਅੱਜ 32 ਕਿਸਾਨ ਯੂਨੀਅਨਾਂ ਨੇ ਇਹਨਾਂ ਲੋਕਾਂ ਨੂੰ ਬੁਲਾਇਆ ਸੀਗਾ ਜਿਹੜੇ ਰਾਸ਼ਟਰੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਤੌਰ ਤੇ ਆਏ, ਤੁਸੀਂ ਵੀ ਬੁਲਾਉਣ ਦਾ ਕੋਈ ਪ੍ਰੋਗਰਾਮ ਬਣਾ ਨਹੀਂ ਰਹੇ ਨਹੀਂ ਹੈਗੇ? ਅਸੀਂ ਨਾ ਕਦੇ ਪਹਿਲਾਂ ਬੁਲਾਏ ਨੇ, ਨਾ ਅਸੀਂ ਹੁਣ ਬੁਲਾਈਏ। ਤੇ ਹੁਣ ਫਿਰ ਕਿਸ ਤਰ੍ਹਾਂ ਦਾ ਤੁਸੀਂ ਇਹਨਾਂ ਨੂੰ ਜਿਹੜਾ ਹੈਗਾ ਗੱਲਾਂ ਦੱਸੇਂਗੇ ਹੋ ਜਾਂ ਕਹੇਂਗੇ ਹੋ? ਅਸੀਂ ਇਹਨਾਂ ਨੂੰ ਕੀ ਕਹਾਂਗੇ? ਅਸੀਂ ਤਾਂ ਇਹਨਾਂ ਦੇ, ਅਸੀਂ ਤਾਂ ਜਿਹੜੇ ਅਸੀਂ ਤਿਆਰ ਕਰ ਰਹੇ ਹਾਂ ਆਪਣੀ ਕੋਈ ਨੀਤੀ ਤਿਆਰ ਕਰ ਰਹੇ ਹਾਂ ਵੀ ਇਹਨਾਂ ਨੂੰ ਕਿਵੇਂ ਸਵਾਲ ਪੁੱਛੇ, ਕੀ ਇਹਨਾਂ ਕੋਲ ਲਿਖਤੀ ਭੇਜੀਏ, ਕੀ ਕਰੀਏ। ਅਸੀਂ ਇਹ ਗੱਲ ਦਾ ਵਿਚਾਰ ਰੱਖ ਰਹੇ ਹਾਂ ਵੀ ਇਹਨੂੰ ਟਕਰਾਓ ਨਾ ਬਣੇ ਪਿੰਡਾਂ ਦੇ ਵਿੱਚ। ਇਹ ਬੀਜੇਪੀ ਅਕਾਲੀਆਂ ਦੇ ਬੰਦੇ ਬੈਠੇ ਆ, ਪਿੰਡਾਂ ਦੇ ਵਿੱਚ ਕਾਂਗਰਸ ਵਾਲਿਆਂ ਦੇ ਬੰਦੇ ਬੈਠੇ ਆ, ਪਿੰਡਾਂ ਦੇ ਵਿੱਚੋਂ ਸਾਡਾ ਵਿਰੋਧ, ਸਮਾਜਿਕ ਵਿਰੋਧ ਨਾ ਹੋਵੇ, ਸਾਡੇ ਲੋਕ ਨਾ ਆਪਸ ਭਿੜ ਜਾਣ, ਇਹ ਗੱਲ ਦਾ ਵਿਚਾਰ ਰੱਖ ਰਹੇ ਹਾਂ ਅਸੀਂ। ਅਸੀਂ ਇਹ ਗੱਲ ਨੂੰ ਧਿਆਨ 'ਚ ਰੱਖ ਰਹੇ ਹਾਂ। ਅਸੀਂ ਇਹਨਾਂ ਨੂੰ ਇਹ ਨਹੀਂ ਕਹਿ ਰਹੇ ਵੀ ਇਹ ਦੁੱਧ ਦੇ ਉੱਤੇ ਆ, ਇਹਨਾਂ ਦੀ ਪਾਲਿਸੀ, ਇਹਨਾਂ ਦੀ ਨੀਤੀਆਂ ਨੇ ਜਿਹੜੀਆਂ ਉਹ ਵੀ ਪਹਿਲਾਂ ਇਸ ਤਰ੍ਹਾਂ ਦੀ ਰਹੀਆਂ ਨੇ। ਕਾਂਗਰਸ ਵਾਲੇ ਪਹਿਲਾਂ ਇਹ ਨੀਤੀਆਂ ਬਣਾਉਣ ਦੇ ਵਿੱਚ ਇਨਵੋਲਵ ਨੇ, ਅਕਾਲੀ ਵੀ ਇਹ ਕਾਨੂੰਨ ਵਿੱਚ ਬਣਾਉਣ ਦੇ ਇਨਵੋਲਵ ਸੀ, ਸਾਰੇ ਇਹ ਵਿੱਚ ਰਹੇ ਹੋਏ ਨੇ। ਇਹ ਐ ਨਹੀਂ ਵੀ ਉਹ ਦੁੱਧ ਧੋਤੇ ਨੇ, ਪਰ ਅਸੀਂ ਇਹਨਾਂ ਨੂੰ, ਬੀਜੇਪੀ ਅੱਜ ਮੁੱਖ ਤੌਰ ਤੇ ਪਾਵਰ 'ਚ ਹੈ, ਬੀਜੇਪੀ ਨੂੰ ਅਸੀਂ ਮੁੱਖ ਨਿਸ਼ਾਨਾ ਬਣਾ ਰਹੇ ਹਾਂ। ਇਹ ਕੋਈ ਦੁੱਧ ਧੋਤੇ ਨਹੀਂ ਹਨ, ਇਹ ਦੋਨੇ ਵਾਅਦੇ ਕਰਕੇ ਮੁੱਕਰੇ ਹੋਏ ਨੇ। ਪਹਿਲਾਂ ਅਕਾਲੀਆਂ ਨੇ ਵਾਅਦੇ ਕੀਤੇ ਨੇ, ਹੁਣ ਕਾਂਗਰਸ ਨੇ ਕਿੰਨੇ ਵਾਅਦੇ ਕੀਤੇ ਨੇ, ਇਹ ਮੁੱਕਰੇ ਹੋਏ ਨੇ। ਆ ਹੁਣ ਫਿਰ ਇਹ ਚੋਣ 'ਚ ਆ ਗਏ, ਪਰ ਅਸੀਂ ਇਸ ਵੇਲੇ ਸਾਡੀ ਇਹ ਹਾਲਤ ਬਣੀ ਹੈ, ਬੀਜੇਪੀ ਸਾਡੇ ਮੁੱਖ ਨਿਸ਼ਾਨੇ ਤੇ ਹੈ, ਅਸੀਂ ਇਹਨਾਂ ਦੇ ਵਿਰੋਧ ਨੂੰ ਬੀਜੇਪੀ ਦੇ ਵਿਰੋਧ 'ਚ ਵਰਤਣਾ ਚਾਹੁੰਦੇ ਹਾਂ। ਕੀ ਲੱਗੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜਿਹੜੀ ਮੂਵਮੈਂਟ ਹੈਗੀ ਆ ਲਗਾਤਾਰ ਹੀ, ਜਿਹੜਾ ਪੰਜਾਬ ਦਾ ਕਿਸਾਨ ਹੈ, ਹਰਿਆਣੇ ਦਾ ਹੈਗਾ, ਯੂਪੀ ਦਾ ਹੈਗਾ, ਦਿੱਲੀ ਵੱਲ ਦੇਖ ਵੀ ਰਿਹਾ, ਤੁਸੀਂ ਵੀ ਲਗਾਤਾਰ ਕਾਫੀ ਵੱਡਾ ਅਰਸਾ ਹੋ ਗਿਆ ਦਿੱਲੀ ਦੇ ਬਾਰਡਰਾਂ ਉੱਤੇ ਬੈਠੇ ਹੋਏ ਹੈਗੇ ਹੋ, ਹੁਣ ਕੀ ਉਮੀਦ ਕੀਤੀ ਜਾ ਸਕਦੀ ਹੈ? ਕਿਉਂਕਿ ਜਿਹੜਾ ਟਾਈਮ ਹੈਗਾ ਹੌਲੀ ਹੌਲੀ ਪੰਜਾਬ ਇਲੈਕਸ਼ਨ ਵੱਲ ਨੂੰ ਵੱਧ ਰਿਹਾ ਹੈਗਾ, ਤੁਸੀਂ ਦਿੱਲੀ ਦੇ ਬਾਰਡਰਾਂ ਵੱਲ ਨੂੰ ਵੱਧ ਰਹੇ ਹੋ। ਅਸੀਂ ਬੈਠੇ ਹਾਂ, ਪਹਿਲਾਂ ਮੱਥ ਕੇ ਬੈਠੇ ਸੀ ਅਸੀਂ, ਇਹ ਲੰਮਾ ਸੰਘਰਸ਼ ਹੈ, ਵੱਡੀ ਲੜਾਈ ਹੈ, ਇਹ ਟਾਈਮ ਮੰਗੂਗੀ, ਟਾਈਮ ਲਊਗੀ। ਜਿੰਨਾ ਚਿਰ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਦਿੱਲੀ ਦੇ ਬਾਰਡਰਾਂ ਤੇ ਰਹਾਂਗੇ, ਲੋਕਾਂ ਨੂੰ ਸਰਗਰਮ ਰੱਖਾਂਗੇ ਤੇ ਤਰੋ ਤਾਜ਼ੇ ਰੱਖਾਂਗੇ, ਤੇ ਇਹ ਲੜਾਈ ਚੱਲਦੀ ਰਹੂਗੀ ਉਹਨਾਂ ਚਿਰ ਤੱਕ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦੇ। ਰਾਜੇਵਾਲ ਸਾਹਿਬ, 1900, ਕਿਉਂਕਿ ਤੁਸੀਂ ਵੀ ਲੰਬਾ ਅਰਸਾ ਹੋ ਗਿਆ, ਤੁਸੀਂ 1992 ਦਾ ਵੀ ਇਲੈਕਸ਼ਨ ਦੇਖਿਆ ਕਿ ਜਿਸ ਸਮੇਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੇ ਬਾਈਕਾਟ ਕਰ ਦਿੱਤਾ ਸੀਗਾ, ਹੁਣ ਵੀ ਉਸੇ ਤਰ੍ਹਾਂ ਦਾ ਹੌਲੀ ਹੌਲੀ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ, ਤੇ ਲਗਾਤਾਰ ਜਿਹੜੀਆਂ ਕਿਸਾਨ ਯੂਨੀਅਨਾਂ ਹੈਗੀਆਂ ਨੇ ਜਾਂ ਬੰਦੇ ਹੈਗੇ ਨੇ ਉਹਨਾਂ ਵੱਲੋਂ ਪ੍ਰੈਸ਼ਰ ਪਾ ਕੇ ਜੇਕਰ ਬਾਈਕਾਟ ਕਰ ਦਿੱਤਾ ਜਾਂਦਾ ਤਾਂ ਲੱਗ ਨਹੀਂ ਰਿਹਾ ਕਿ ਬੀਜੇਪੀ ਨੂੰ ਰਸਤਾ ਸਾਫ਼ ਕਰ ਦਿੱਤਾ ਜਾਊਗਾ ਪਾਵਰ 'ਚ ਆਉਣ ਵਾਸਤੇ? ਇਹ ਸ਼ਬਦ ਕਿੱਧਰੋਂ ਆ ਗਿਆ ਬਾਈਕਾਟ ਦਾ? ਇਹ ਤਾਂ ਸ਼ਬਦ ਹੀ ਨਹੀਂ ਕਿਸੇ ਨੇ ਕੱਢਿਆ, ਨਾ ਤਾਂ ਬੱਤੀਆਂ ਨੇ ਕੱਢਿਆ, ਨਾ ਕਦੇ ਅਸੀਂ ਕੱਢਿਆ, ਨਾ ਕਦੇ ਕਿਸੇ ਕਿਸਾਨ ਜਥੇ ਬੰਦੇ ਨੇ ਬਾਈਕਾਟ ਦਾ ਸੱਦਾ ਦਿੱਤਾ, ਨਾ ਹੀ ਬਾਈਕਾਟ ਕਰਨ ਜਾ ਰਹੇ ਹਾਂ। ਇਹ ਤਾਂ ਸ਼ਬਦ ਹੀ ਨਹੀਂ, ਇਹ ਸ਼ਬਦ ਤੁਸੀਂ ਕਿੱਥੋਂ ਲਿਆਏ? ਤੇ ਕਿਉਂਕਿ ਹਰ ਸਮੇਂ ਪੰਜਾਬ ਦੀ ਪੋਲੀਟੀਕਲ ਸਰਕਲ ਦੇ ਵਿੱਚ ਇਹ ਚਰਚਾ ਆਮ ਤੌਰ ਤੇ ਸੁਣਾਈ ਸਾਨੂੰ ਦੇ ਰਹੀ ਹੈਗੀ ਹੈ, ਪੋਲੀਟੀਕਲ ਉਹਨਾਂ ਨੂੰ ਚਰਚਾ ਹੋਊ, ਉਹਨਾਂ ਦੇ ਵਿੱਚ ਹੋਊ ਚਰਚਾ, ਉਹ ਕਰਦੇ ਹੋਣਗੇ ਚਰਚਾ, ਤਾਂ ਉਹਨਾਂ ਨੂੰ ਸਵਾਲ ਪੁੱਛੋ ਵੀ ਤੁਸੀਂ ਕਿਉਂ ਚਰਚਾ ਕਰਦੇ ਹੋ ਜਦੋਂ ਕਿਸੇ ਨੇ ਕੱਢੇ ਨਹੀਂ ਮੂੰਹ ਚੋਂ। ਤੇ ਲੱਗ ਰਿਹਾ ਕਿ ਜਿਹੜੀ ਲੋਕਤੰਤਰ ਦੀ ਬਹਾਲੀ ਪੰਜਾਬ ਦੇ ਵਿੱਚ ਪੂਰਨ ਅਮਨ ਤਰੀਕੇ ਦੇ ਨਾਲ ਜਿਹੜੀਆਂ ਚੋਣਾਂ ਨੇ ਫਰਵਰੀ 2022 ਦੇ ਵਿੱਚ ਹੋਣ ਜਾ ਰਹੀਆਂ ਨੇ, ਉਹ ਨਿਬੜ ਜਾਣਗੀਆਂ? ਇਹ ਤਾਂ ਸਮਾਂ ਦੱਸੂਗਾ,
ਇਹ ਤਾਂ ਹਾਲਾਤ ਦੱਸਣਗੇ। ਐਸੇ ਤਾਂ ਕੋਈ ਡਿੱਕਾ ਨਹੀਂ ਹੈ ਵੀ ਕੋਈ ਚੋਣਾਂ ਦੇ ਵਿੱਚ ਕੋਈ ਡਿੱਕਾ ਬਣਦਾ, ਇਹੀ ਤਾਂ ਕੋਈ ਹਾਲਤ ਨਹੀਂ ਹੈ। ਬੋਲਣ ਦਾ, ਕਹਿਣ ਦਾ, ਗੱਲ ਕਰਨ ਦਾ, ਗੱਲ ਸੁਣਨ ਦਾ ਅਧਿਕਾਰ ਸਭ ਨੂੰ। ਧੰਨਵਾਦ ਉਗਰਾਹਾਂ ਸਾਹਿਬ, ਤੁਹਾਡੇ ਗੱਲ ਕਰਨ ਦੇ ਨਾਲ ਬਹੁਤ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਨੇ ਪੰਜਾਬ ਦੀਆਂ ਸਾਫ਼ ਹੋ ਗਈਆਂ ਨੇ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਦਾ ਫੈਸਲਾ ਕੀ ਹੈ ਅਤੇ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਫੈਸਲਾ ਤੁਸੀਂ ਸੁਣਾ ਸਕਦੇ ਹੈਗੇ। ਠੀਕ ਹੈ ਜੀ, ਧੰਨਵਾਦ। ਧੰਨਵਾਦ।